ਬੀੜੀ ਪੀ ਰਹੇ ਸ਼ਖਸ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ। ਦੱਸਦੇ ਕਿ ਬੀੜੀ ਪੀਣ ਨੂੰ ਲੈ ਕੇ ਹੀ ਵਿਵਾਦ ਹੋਇਆ, ਜਿਸ ਤੋਂ ਬਾਅਦ ਕੋਲ ਖੜੇ ਸ਼ਖਸ ਨੇ ਕਿਰਪਾਨ ਕੱਢ ਲਈ ਤੇ ਗੁੱਸੇ ਦੇ ਵਿੱਚ ਆ ਕੇ ਕਾਲੂ ਨਾਮ ਦੇ ਸ਼ਖਸ ਦਾ ਕਤਲ ਕਰ ਦਿੱਤਾ। ਮਾਮਲਾ ਤਰਨ ਤਾਰਨ ਦੇ ਹਲਕਾ ਪੱਟੀ ਤੋਂ ਸਾਹਮਣੇ ਆਇਆ, ਜਿੱਥੋਂ ਦੇ ਪਿੰਡ ਸਬਰਾ ਦੇ ਵਿੱਚ ਇਹ ਵਾਰਦਾਤ ਹੋਈ। ਦੱਸਿਆ ਜਾ ਰਿਹਾ ਕਿ ਬੀੜੀ ਪੀਣ ਵਾਲੇ ਕਾਲੂ ਦੇ ਕੋਲ ਖੜ ਕੇ ਇਹ ਸ਼ਖਸ ਨੇ ਹਮਲਾ ਕੀਤਾ, ਔਰ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲਾਂ ਗਾਲ ਆ ਜਿਹੜੀ ਬੀੜੀ ਪੀਣ ਵਾਲੇ ਸ਼ਖਸ ਨੇ ਕੱਢੀ ਸੀ, ਜਿਸ ਤੋਂ ਬਾਅਦ ਨਾਲ ਖੜੇ ਸ਼ਖਸ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਕਤਲ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਗਿਆ, ਜਿਸ ਦੀ ਪਹਿਚਾਣ ਸੁਖਚੈਨ ਸਿੰਘ ਦੇ ਰੂਪ ਵਜੋਂ ਹੋਈ, ਜੋ ਉਸੇ ਪਿੰਡ ਸਬਰਾ ਦਾ ਰਹਿਣ ਵਾਲਾ, ਜਿਸ ਨੇ ਆਪਣਾ ਗੁਨਾਹ ਮੀਡੀਆ ਦੇ ਸਾਹਮਣੇ ਕਬੂਲ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ। ਦੱਸਦੇ ਕਿ ਬੀੜੀ ਪੀਣ ਨੂੰ ਲੈ ਕੇ ਹੀ ਵਿਵਾਦ ਹੋਇਆ, ਗੁੱਸੇ ਦੇ ਵਿੱਚ ਆਏ ਸ਼ਖਸ ਨੇ ਕਾਲੂ ਦਾ ਕਤਲ ਕਰ ਦਿੱਤਾ। ਇਹ ਭਾਅ ਜੀ ਗੱਲਾਂ ਦੇ ਤਾਂ ਆਇਆ ਵੀ ਮੈਂ ਕੱਲ ਆਪਦੇ ਬੂਹੇ ਅੱਗੇ ਬੈਠਾ ਹਾਂ, ਤੇ ਬੂਹੇ ਅੱਗੇ ਆ ਕੇ ਤੇ ਬੀੜੀ ਪੀਣ ਲੱਗ ਪਿਆ। ਇਹਨੂੰ ਆਖਿਆ ਬਈ ਪਾਸੇ ਹੋ ਜਾ, ਜਵਾਨਾਂ ਬੀੜੀ ਨਾ ਪੀ ਲੱਗ ਗਏ। ਇਹਨੇ ਆਖਿਆ ਤੂੰ ਭੈਣੀ ਹੋਣੀ ਆ, ਆਖਿਆ ਮੁੜ ਕੇ ਆਖਿਆ ਸਾ ਕਰਨਾ ਹੀ, ਦੁਬਾਰਾ ਆਖਿਆ ਸਾ ਕਰਨਾ ਹੀ। ਫਿਰ ਮੇਰੇ ਤੋਂ ਗੁੱਸਾ ਨਹੀਂ ਬਰਦਾਸ਼ਤ ਹੋਇਆ ਜੀ। ਨਹੀਂ ਜੀ, ਵਾਰ ਤੇ ਦੋ ਹੀ ਕੀਤੇ ਆ ਜੀ, ਇਹ ਕਿਰਪਾਨ ਨਾ ਕੀਤਾ ਜੀ। ਸਜ਼ਾ ਤਾਂ ਹੁਣ ਬੰਦਿਆਂ ਤੇ ਹੁੰਦੀ ਹੁੰਦੀ ਆ, ਕੋਈ ਗੱਲ ਨੀ, ਗਲਤੀ ਦਾ ਪਛਤਾਵਾ ਕੋਈ ਨੀ। ਹਾਂਜੀ, ਗਲਤੀ ਦਾ ਪਛਤਾਵਾ ਤਾਂ ਹੁੰਦਾ ਹੀ ਆ, ਥੋੜਾ ਜਿਹਾ ਪਤਾ ਹੈ ਹੀ ਆ ਕੁਛ। ਕੀ ਨਾਂ ਕੀ ਤੁਹਾਡਾ? ਸੁਖਚੈਨ ਸਿੰਘ ਮੇਰਾ ਨਾਂ ਆ। ਪਿਓ ਦਾ ਨਾਂ ਕੀ ਆ? ਮਹਿੰਦਰ ਸਿੰਘ ਆ ਜੀ। ਪਿੰਡ ਕਿਹੜਾ? ਪਿੰਡ ਸਭਰਾ ਜੀ। ਅਸੀਂ ਤੁਹਾਨੂੰ ਕੁਛ ਨੀ ਕਰਨਾ ਚਾਹੁੰਦੇ ਜੀ, ਕਹਿਣਾ ਵੀ ਚਾਹੁੰਦੇ ਕੁਛ ਨੀ। ਉਹ ਤਾਂ ਜਿਹੜੀ ਗਲਤੀ ਹੋ ਗਈ ਹੈ ਜੀ, ਉਹ ਤਾਂ ਹੋ ਹੀ ਗਈ ਆ। ਹਾਂਜੀ ਭਰਾ ਮੇਰਾ, ਇਹਦਾ ਨਾਂ ਸੁਖਰਾਜ ਸਿੰਘ, ਉਤਰਾ ਕਾਰੂ ਬਾਦਸ਼ਾਹ, ਸਰਦਾਰ ਅਮਰੀਕ ਸਿੰਘ, ਸਰਦਾਰ ਅਮਰੀਕ ਸਿੰਘ। ਗੱਲ ਇਹ ਬੀੜੀ ਪੀਂਦਾ, ਇਹਦੇ ਉਹਨੇ ਆਹ ਬੀੜੀ ਕਿਉਂ ਪੀਣਾ, ਇਹਦੇ ਕਿਰਪਾਨ ਮਾਰਤੀ। ਹਾਂ, ਮੰਗ ਇਹੋ ਇਨਸਾਫ ਚਾਹੀਦਾ ਮੈਨੂੰ। ਹਾਂਜੀ ਹਾਂਜੀ, ਕਿਰਪਾਨ ਮਾਰੀ ਇਹਦੇ। ਸਰਦਾਰ ਮਲੀਕ ਸਿੰਘ, ਇਹਦਾ ਨਾਂ ਸੁਖਰਾਜ ਸਿੰਘ, 38 ਸਾਲ। ਅਸੀਂ ਜੀ ਤੜਕੇ, ਅੱਜ ਤੜਕੇ ਵੀਰ ਲੰਘਿਆ ਵਾ ਗਲੀ ਦੇ ਵਿੱਚੋਂ, ਸ਼ਰੇਆਮ ਕਿਰਪਾਨਾਂ ਨਾਲ ਵਿਹਨ ਘੱਤਿਆ ਜੀ, 3 ਵਾਰ ਕੀਤੇ ਆ ਢਿੱਡ ਦੇ ਵਿੱਚ ਵੀਰ ਦੇ, ਅਤੇ ਗਰੀਬ ਬੰਦਾ ਵਾ। ਅਸੀਂ ਸਾਰੇ ਪਿੰਡ ਨਿਵਾਸੀ ਇਹ ਮੰਗ ਕਰਦੇ ਹਾਂ ਕਿ ਜਿਸ ਨੇ ਕਤਲ ਕੀਤਾ ਵਾ, ਵੱਧ ਤੋਂ ਵੱਧ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਜਾਵੇ। ਇਹਦਾ ਨਾਂ ਵੀਰ ਕਾਰੂ, ਕਾਰੂ ਕਹਿੰਦੇ ਆ ਪਿੰਡ ਦੇ ਵਿੱਚ ਇਸਨੂੰ, ਅਤੇ ਸ਼ਰੀਫ ਬੰਦੇ ਆ ਸਾਰੇ, ਗਰੀਬ ਪਰਿਵਾਰ ਆ, ਕੁਛ ਨਹੀਂ ਹੈਗਾ, ਨਾ ਇਹਨਾਂ ਦਾ ਮਾਂ, ਨਾ ਕੋਈ ਪਿਓ। ਅਤੇ ਅਸੀਂ ਪਿੰਡ ਨਿਵਾਸੀ ਇਹ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਇਹਨੂੰ ਸਜ਼ਾ ਦਿੱਤੀ ਜਾਵੇ। ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਪੱਟੀ ਦੇ ਪਿੰਡ ਸਭਰਾ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀੜੀ ਪੀਣ ਨੂੰ ਰੋਕਣ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਅੱਜ ਬੀੜੀ ਪੀਣ ਵਾਲੇ ਸ਼ਖਸ ਦਾ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਔਰ ਉਸ ਵਿਅਕਤੀ ਨੇ ਜਿਹੜਾ ਹੈ ਆਪਣਾ ਗੁਨਾਹ ਵੀ ਜਿਹੜਾ ਮੀਡੀਆ ਸਾਹਮਣੇ ਕਬੂਲ ਕੀਤਾ ਕਿ ਮੈਂ ਉਸਦਾ ਕਤਲ ਜਿਹੜਾ ਬੀੜੀ ਪੀਣ ਨੂੰ ਲੈ ਕੇ ਹੋਇਆ ਸੀ ਵਿਵਾਦ, ਔਰ ਬੀੜੀ ਉਹ ਪੀ ਰਿਹਾ ਸ਼ਖਸ ਸੀ ਜਿਸ ਨੂੰ ਰੋਕਿਆ ਗਿਆ, ਲੇਕਿਨ ਉਹ ਨਹੀਂ ਰੁਕਿਆ, ਤਾਂ ਅੱਜ ਉਸ ਵੱਲੋਂ ਜਿਹੜਾ ਹੈ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਿਹੜੀ ਹੈ ਜਾਂਚ ਬਰੀਕੀ ਦੇ ਨਾਲ ਸ਼ੁਰੂ ਕਰ ਦਿੱਤੀ ਹੈ, ਔਰ ਆਰੋਪੀ ਨੂੰ ਜਿਹੜਾ ਹੈ ਦੱਸਿਆ ਜਾ ਰਿਹਾ ਕਿ ਫੜ ਵੀ ਲਿਆ ਗਿਆ ਹੈ। ਸਰਦਾਰ ਸਿੰਘ ਕਾਲੂ, ਪੁੱਤਰ ਅਮਰੀਕ ਸਿੰਘ ਆ, ਪਤੀ ਮਲਕਾ ਦੀ ਸਭਰਾ, ਉਮਰੇ ਦੀ ਕਰੀਬ 38-40 ਸਾਲ। ਇਹ ਇਹਨੂੰ ਮਤਲਬ ਕਿਰਪਾਨ ਮਾਰ ਕੇ ਮਾਰਿਆ ਸੁਖਚੈਨ ਸਿੰਘ ਆ, ਪੁੱਤਰ ਮਹਿੰਦਰ ਸਿੰਘ, ਉਹਦੀ ਉਮਰ 65 ਸਾਲ ਆ ਜੀ। ਉਹਨੇ ਆਪਣੇ ਕਿਰਪਾਨ ਮਤਲਬ ਮਾਰੀ ਆ ਜੇ ਸੁਖਰਾਜ ਕਾਲੂ ਦੇ, ਇਹਦੀ ਮੌਕੇ ਡੈਥ ਹੋ ਗਈ ਆ।
ਅਤੇ ਜਿਹੜਾ ਮੁਜਰਮ ਹੈ ਸੁਖਚੈਨ ਸਿੰਘ ਅਸੀਂ ਆ ਕੇ ਮੌਕੇ 'ਤੇ ਫੜ ਲਿਆ ਜੀ, ਕਰਮਾਨ ਬਰਾਮਦ ਕਰ ਲਈ ਹੈ। ਅਗਲੀ ਕਾਰਵਾਈ ਦੇਖੋ ਜੀ, ਕਤਲ ਦਾ ਮਾਮਲਾ ਇਹਨਾਂ ਦੇ ਕਤਲ ਦਾ ਹੀ ਪਰਚਾ ਦਰਜ ਹੋਣਾ। ਨਹੀਂ ਜੀ, ਇਹਦੇ ਫਿਲਹਾਲ ਵੱਲੋਂ ਲੋਕਾਂ ਦੇ ਕਹਿਣ ਮੁਤਾਬਕ ਇਕੱਲਾ ਦੋਸ਼ੀ ਇਹੀ ਆ ਜੀ, ਇਹਨੇ ਅੰਦਰੋਂ ਕਿਰਪਾਨ ਲਿਆ ਕੇ ਵੱਲੋਂ ਕਾਲੂ ਦੇ ਮਰੀ ਦੀ ਕਾਲੂ ਨੂੰ ਮੌਕੇ ਤੋਂ ਮੌਤ ਹੋ ਗਈ। ਮੇਨ ਦੋਸ਼ੀ ਉਹ ਕਿਰਪਾਨ ਹੀ ਫੜ ਲਈ ਮੌਕੇ ਦੇ ਦੋਸ਼ੀ ਨੂੰ ਫੜ ਲਿਆ। ਗੱਲਬਾਤ ਕੋਈ ਨਹੀਂ, ਅਸੀਂ ਪਿੱਛੋਂ ਆਉਣ ਡੇ ਹਾਂ ਤੇ ਮਾੜਾ ਉਹਨੇ ਪਤਾ ਨਹੀਂ ਕੋਈ ਵਿਚਾਰੇ ਨੇ ਕਿਹਾ ਕਿ ਨਹੀਂ ਕਿਹਾ ਤੇ ਇਹਨੇ ਭਾਊੜੋ ਦੇ ਕਿਰਪਾਨ ਮਾਰਤੀ। ਇੱਥੇ 20 ਬੰਦੇ ਇਹਨਾਂ ਦੇ ਹੁੰਦਿਆਂ ਮਾਰੀ ਆ, ਮਾਰ ਕੇ ਖਲੋਤਾ ਰਿਹਾ ਵਾ, ਇਕੱਲੇ ਬੰਦੇ ਨੇ ਮਾਰੀ ਆ ਤੇ ਇਹ ਵੀ ਇਕੱਲਾ ਸੀ ਵਿਚਾਰਾ, ਇਹ ਖਾਲੀ ਹੱਥੀ ਸੀ ਉਹਦੇ ਕੋਲ ਕਿਰਪਾਨ ਸੀ। ਨਾ ਨਹੀਂ ਇਹਦਾ ਮੈਨੂੰ ਪਤਾ, ਨਹੀਂ ਇਹਦਾ ਨਾਂ ਤਾਂ ਇਹਦਾ ਤੰਦੂਰ ਵਾਲੇ ਮੁੰਡੇ ਦਾ ਭਰਾ ਵਾ ਨਾ। ਹਾਂਜੀ, ਇਹ ਤਾਂ ਇਹਦਾ ਭਰਾ ਵਿਚਾਰੇ, ਆਪਣੇ ਕੋਈ ਪ੍ਰੋਗਰਾਮ ਹੋਵੇ ਤੰਦੂਰਾਂ ਦਾ ਕੰਮ ਕਰਦੇ, ਆਪਦੀ ਰੋਜ਼ੀ ਰੋਟੀ ਕਮਾਉਂਦੇ ਆ ਤੇ ਬਹੁਤ ਧੱਕਾ ਹੋਇਆ ਇਹਨਾਂ ਨਾਲ, ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ।